ਆ ਬੈਟਰੀ ਆ ਹਨਾ ਇਹ ਪਹਿਲਾਂ ਵੇਖਿਆ ਟੈਕਨੀਕਲ ਬੰਦੇ ਨੂੰ ਨਾ ਨਹੀਂ ਹੁੰਦਾ ਉਧਰ ਵੇਖ ਆ ਇਹਦੇ ਵੇਟ ਕਰਨ ਵਾਲਾ ਉਹ ਵੇਟ ਆ ਵੇਟ ਚੁੱਕਣ ਵਾਲੇ 60 ਕਿਲੋ ਦੇ ਅੱਛਾ ਪੁੱਠਾ ਵਾ ਨਾ ਹਾਂ 60 ਕਿਲੋ ਇਹਦਾ ਵੇਟ ਆ ਜੀ ਉਹ ਫਸ ਗਿਆ ਨਾ ਤੋਂ ਡਰੋਨ ਮਿਲਿਆ ਹੈਗਾ ਇਹ ਫਰਦਰ ਜਿਹੜੀ ਅਸੀਂ ਉਸ ਵਿੱਚ ਵੈਰੀਫਾਈ ਕਰ ਰਹੇ ਹਾਂ ਫਰਦਰ ਵੀ ਇਹ ਡਰੋਨ ਦੀ ਐਕਟੀਵਿਟੀ ਕਿੱਥੋਂ ਹੋਈ ਆ ਔਰ ਬਾਰਡਰ ਪਾਰ ਤੋਂ ਹੀ ਇਹ ਜਿਹੜੀ ਹੈਗੀ ਆ ਇਹਦੀ ਆਮ ਜਿਹੜੀ ਮੂਵਮੈਂਟ ਹੋ ਰਹੀ ਹੈ ਸੋ ਫਰਦਰ ਜਿਹੜੀ ਹੈਗੀ ਆ ਇਨਵੈਸਟੀਗੇਟ ਕਰਾਂਗੇ ਇਸ ਬੰਦੇ ਸਰ ਡਰੋਨ ਕਿਹੜੀ ਕੰਪਨੀ ਹੈਗਾ ਵਾ ਤੇ ਕਿੰਨਾ ਕੁ ਵਜਨ ਤੇ ਕੀ ਲੱਗਦਾ ਕਿੱਥੋਂ ਦਾ ਹੋ ਸਕਦਾ ਡਰੋਨ ਨਹੀਂ ਫਰ ਇਹ ਹੁਣ ਇਹ ਜਾ ਕੇ FSL ਤੋਂ ਚੈੱਕ ਕਰਵਾਉਣ ਤੋਂ ਬਾਅਦ ਪਤਾ ਲੱਗੂਗਾ ਤਾਂ ਐਗਜੈਕਟਲੀ ਇਹਦੀ ਜਿਹੜੀ ਹੈਗੀ ਫ੍ਰੀਕੁਐਂਸੀ ਜਾਂ ਜੋ ਵੀ ਇਹਦਾ ਵੇਟ ਹੈ ਜਾਂ ਇਹਦੀ ਜਿਹੜੀ ਸੈਂਟੀਫਿਕ ਜਿਹੜੀ ਹੈਗੀ ਰਿਪੋਰਟ ਹੈ ਉਹ ਭੇਜਾਂਗੇ ਅਸੀਂ FSL ਨੂੰ ਫਰਦਰ ਇਨਵੈਸਟੀਗੇਟ ਕਰਾਂਗੇ ਹਾਂ ਹੋ ਸਕਦਾ ਚੰਦੂ ਬਟਾਲੇ 'ਚ ਵੀ ਉੱਥੇ ਐਕਟੀਵਿਟੀ ਹੋਈ ਹੈ ਮਿਡਨਾਈਟ ਸੋ ਹੋ ਸਕਦਾ ਇਹ ਉਹੀ ਡਰੋਨ ਹੋਵੇ ਬਾਕੀ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਸੀਂ ਹਾਂ ਹੁਣ ਅਸੀਂ ਏਰੀਆ ਦਾ ਸਰਸਪੈਕਸ਼ਨ ਕਰ ਰਹੇ ਹਾਂ ਇਸ ਏਰੀਏ ਦੇ ਵੀ ਕਰ ਰਹੇ ਹਾਂ ਲੇਕਿਨ ਪਲੱਸ ਜਿਹੜਾ ਬਾਰਡਰ ਏਰੀਆ